ਅਸੀਂ ਕੱਢ ਰਹੇ ਹਾਂ ਜੀ ਪਕੌੜੇ। ਇਹ ਬਣਾ ਰਹੇ ਹਾਂ ਅਸੀਂ ਕੜੀ ਬਣਾ ਰਹੇ ਹਾਂ ਜੀ ਅੱਜ ਪਕੌੜਿਆਂ ਵਾਲੀ। ਬਹੁਤ ਦਿਲ ਕਰ ਰਿਹਾ ਸੀ ਅੱਜ ਖਾਣ ਨੂੰ। ਆਲੂ ਪਿਆਜ਼ ਵਾਲੇ ਪਕੌੜੇ ਪਾਵਾਂਗੇ, ਬਹੁਤ ਟੇਸਟੀ ਬਣੇ ਹਨ। ਤੜਕਾ ਫਰਾਈ ਕਰ ਰਹੇ ਹਾਂ। ਨਾਲੇ ਲਿਆ ਜੀ ਅਸੀਂ ਨਵਾਂ ਚੁੱਲ੍ਹਾ। ਬੇਸਣ ਵੀ ਘੋਲ ਕੇ ਰੱਖ ਲਿਆ, ਬਸ ਤੜਕਾ ਫਰਾਈ ਹੋ ਜਾਵੇ ਨਾਲ ਦੀ ਨਾਲ ਵਿੱਚ ਪਾ ਦੇਣਾ। ਨਾਲ ਬਣਾਵਾਂਗੇ ਚੌਲ, ਕੜੀ ਚੌਲ। ਰਾਤ ਤਾਂ ਹੋ ਗਈ ਹੈ, ਕਾਫੀ ਟਾਈਮ ਹੋ ਗਿਆ। ਅੱਜ ਮਨ ਕਰ ਰਿਹਾ ਸੀ ਜੀ ਅੱਜ ਕੜੀ ਚੌਲ ਬਣਾਈਏ, ਪਕੌੜਿਆਂ ਵਾਲੀ ਕੜੀ। ਲਓ ਜੀ ਅਸੀਂ ਵੇ ਤੜਕੇ ਦੇ ਵਿੱਚ ਬੇਸਣ ਜਿਹੜਾ ਘੋਲ ਕੇ ਰੱਖਿਆ ਸੀ ਪਾ ਤਾ ਆ। ਫਿਰ ਅਸੀਂ ਪਾਵਾਂਗੇ ਪਕੌੜੇ, ਇਹ ਥੋੜ੍ਹੇ ਜਿਹੇ ਰਿੱਝ ਜਾਵੇ, ਫਿਰ ਬਾਅਦ 'ਚ ਪਕੌੜੇ ਪਾਵਾਂਗੇ ਅਸੀਂ। ਰਿੱਝ ਜਾਵੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ। ਲਓ ਜੀ ਸਾਡੀ ਕੜੀ ਰਿੱਝਣ ਲੱਗ ਗਈ ਜੀ। ਜਦੋਂ ਪੂਰੀ ਰਿੱਝ ਜਾਏਗੀ ਫਿਰ ਅਸੀਂ ਇਹਦੇ ਵਿੱਚ ਪਾਉਂਦੇ ਹਾਂ ਪਕੌੜੇ। ਜੀ ਅਸੀਂ ਕੜੀ ਦੇ ਵਿੱਚ ਪਕੌੜੇ ਛੋਟੇ ਛੋਟੇ ਕਰਕੇ ਪਾ ਤੇ ਨੇ ਅਤੇ ਕੜੀ ਸਾਡੀ ਬਣ ਗਈ। ਟੇਸਟ ਕਰਕੇ ਦੇਖ ਲਿਆ ਜੀ, ਬਹੁਤ ਟੇਸਟੀ ਬਣੀ ਹੈ, ਯੰਮੀ। ਹੁਣ ਆਪਾਂ ਗੈਸ ਕਰ ਦਿੰਦੇ ਹਾਂ ਜੀ ਬੰਦ, ਅਤੇ ਇਹਦੇ ਉੱਪਰ ਦੇ ਦਿੰਦੇ ਹਾਂ ਢੱਕਣ। ਚਲੋ ਜੀ ਫਿਰ ਅਗਲੀ ਡਿਸ਼ ਨਾਲ ਮਿਲਾਂਗੇ ਜੀ। ਓਕੇ ਜੀ, ਬਾਏ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।